ਮੰਦਭਾਗੀ ਖਬਰ ਦੁਬਈ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕਰਕੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਜੀ ਹਾਂ, ਦੱਸ ਦਈਏ ਕਿ ਦੁਬਈ ਦੇ ਵਿੱਚ ਬੇਹੱਦ ਦਰਦਨਾਕ ਮੌਤ ਦਿੱਤੀ ਗਈ ਹੈ। 20 ਸਾਲਾਂ ਦੇ ਇਸ ਪੰਜਾਬੀ ਨੌਜਵਾਨ ਨੂੰ ਦੁਬਈ ਦੇ ਵਿੱਚ ਬੇਰਹਿਮੀ ਦੇ ਨਾਲ ਉਸਦਾ ਕਤਲ ਕੀਤਾ ਗਿਆ ਹੈ। ਨੌਜਵਾਨਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਦੱਸ ਦਈਏ ਕਿ ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਮਾਪਿਆਂ ਨੇ ਇਸ ਨੂੰ ਦੁਬਈ ਭੇਜਿਆ ਸੀ ਕਿ ਘਰ ਦੀ ਮਾਲੀ ਹਾਲਤ ਸਹੀ ਹੋਵੇਗੀ, ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਵਿੱਖ ਉਜਵਲ ਹੋਵੇਗਾ, ਜਿਸ ਦੇ ਚੱਲਦੇ ਰੁਜ਼ਗਾਰ ਦੀ ਭਾਲ ਦੇ ਵਿੱਚ ਦੁਬਈ ਭੇਜਿਆ ਸੀ। ਪਿੰਡ ਪਰਿਵਾਰ ਦੇ ਵੱਲੋਂ ਕਰਜ਼ਾ ਚੁੱਕ ਕੇ ਇਸ ਨੌਜਵਾਨ ਨੂੰ ਸਾਲ ਪਹਿਲਾਂ ਹੀ ਦੁਬਈ ਭੇਜਿਆ ਸੀ, ਪਰ ਕੀ ਪਤਾ ਸੀ ਉੱਥੇ ਜਾ ਕੇ ਬੇਹੱਦ ਦਰਦਨਾਕ ਮੌਤ ਮਿਲੇਗੀ ਇਸ 20 ਸਾਲਾਂ ਦੇ ਨੌਜਵਾਨ ਨੂੰ। ਦੱਸ ਦਈਏ ਕਿ ਗਰੀਬ ਇਸ ਪਰਿਵਾਰ ਦੇ ਵੱਲੋਂ ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਇਸ ਨੂੰ ਭੇਜਿਆ ਗਿਆ ਸੀ ਦੁਬਈ, ਅਤੇ ਦੁਬਈ ਵਿਖੇ ਦੱਸ ਦਈਏ ਕਿ ਇੱਕ ਦੂਸਰੇ ਜਿਸ ਦੇ ਨਾਲ ਲੜਕਾ ਰਹਿੰਦਾ ਸੀ ਉਸਦੇ ਦੂਸਰੇ ਕਿਸੇ ਲੜਕਿਆਂ ਦੇ ਨਾਲ ਜਿਹੜੀ ਆਪਸੀ ਰੰਜਿਸ਼ ਸੀ, ਜਿਸ ਦੇ ਵੱਲੋਂ ਉਹਨਾਂ ਦੇ ਵੱਲੋਂ ਜਦੋਂ ਅਟੈਕ ਕੀਤਾ ਜਾਂਦਾ ਹੈ ਤਾਂ ਇਸ ਅਟੈਕ ਦੇ ਵਿੱਚ ਇਹ ਨੌਜਵਾਨ ਜਿਹੜਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਇਸ ਨੌਜਵਾਨ ਦੇ ਉੱਤੇ ਕੀਤੇ ਜਾਂਦੇ ਨੇ ਆਪਸੀ ਰੰਜਿਸ਼ ਦੇ ਚੱਲਦੇ। ਦੱਸ ਦਈਏ ਕਿ ਨੌਜਵਾਨਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਇਹਨਾਂ 'ਤੇ ਹਮਲਾ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਇਸਦਾ ਸਾਥੀ ਜਿਹੜਾ ਹੈ ਉਹ ਜ਼ਖਮੀ ਹੋ ਜਾਂਦਾ ਹੈ, ਪਰ ਇਸਦੀ ਜਿਹੜੀ ਹੈ ਤੇਜ਼ਧਾਰ ਹਥਿਆਰਾਂ ਦੇ ਵਾਰ ਦੇ ਤਾਪ ਨਾਲ ਸਹਾਰਦੇ ਹੋਏ ਇਸਦੀ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਪਰਿਵਾਰ ਦਾ ਜਿਹੜਾ ਹੈ ਰੋ ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਇੱਕ ਪਰਿਵਾਰ ਤਬਾਹ ਹੋ ਚੁੱਕਾ, ਇਕਲੌਤਾ ਪੁੱਤ ਸੀ ਇਹ ਨੌਜਵਾਨ, ਇਕਲੌਤੀ ਭੈਣ ਦਾ ਇਕਲੌਤਾ ਭਰਾ ਸੀ, ਅਤੇ ਹੁਣ ਦੇਖ ਸਕਦੇ ਹੋ ਕਿ ਪੂਰਾ ਪਰਿਵਾਰ ਤਬਾਹ ਹੋ ਚੁੱਕਾ ਹੈ। ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਬੇਹੱਦ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ 20 ਸਾਲਾਂ ਨੌਜਵਾਨ ਸੀ ਜਿਸਦਾ ਨਾਮ ਜਿਹੜਾ ਦੱਸ ਦਈਏ ਕਿ ਉਸਦਾ ਨਾਮ ਜਿਹੜਾ ਹੈ ਉਹ ਮਨਜੋਤ ਦੱਸਿਆ ਜਾ ਰਿਹਾ, ਜੋ ਕਿ ਇੱਕ ਸਾਲ ਪਹਿਲਾਂ ਹੀ ਦੁਬਈ ਵਿਖੇ ਰੁਜ਼ਗਾਰ ਅਤੇ ਉਜਵਲ ਭਵਿੱਖ ਦੀ ਭਾਲ ਦੇ ਵਿੱਚ ਗਿਆ ਸੀ, ਪਰ ਕੁਝ ਦਿਨ ਪਹਿਲਾਂ ਹੀ ਉੱਥੇ ਨਾਲ ਰਹਿੰਦੇ ਇੱਕ ਹੋਰ ਲੜਕੇ ਦੀ ਕੁਝ ਪਾਕਿਸਤਾਨੀ ਲੜਕਿਆਂ ਦੇ ਨਾਲ ਕਿਸੇ ਕਾਰਨ ਲੜਾਈ ਹੋ ਗਈ, ਜਿਸ ਦੌਰਾਨ ਉਕਤ ਪਾਕਿਸਤਾਨੀ ਲੜਕਿਆਂ ਦੇ ਵੱਲੋਂ ਉੱਪਰ ਉਹਨਾਂ ਦੇ ਵੱਲੋਂ ਇਹਨਾਂ ਦੋ ਨੌਜਵਾਨਾਂ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ, ਜਿਨ੍ਹਾਂ ਵੱਲੋਂ ਮਨਜੋਤ 'ਤੇ ਕਾਫੀ ਵਾਰ ਕਰਨ ਕਾਰਨ ਉਸਦੀ ਮੌਤ ਹੋ ਜਾਂਦੀ ਹੈ, ਅਤੇ ਦੂਜਾ ਲੜਕਾ ਜਿਹੜਾ ਹੈ ਉਹ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਨਜੋਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਭੈਣ ਦਾ ਇਕਲੌਤਾ ਭਰਾ ਸੀ, ਅਤੇ ਹੁਣ ਪੂਰਾ ਪਰਿਵਾਰ ਉੱਜੜ ਚੁੱਕਾ ਹੈ। ਦੱਸ ਦਈਏ ਕਿ ਪਰਿਵਾਰ ਦੇ ਬਹੁਤ ਸੁਪਨੇ ਸੀ ਕਿ ਸਾਡਾ ਮੁੰਡਾ ਵਾਪਸ ਆਵੇਗਾ, ਘਰ ਦੀ ਗਰੀਬੀ ਦੂਰ ਕਰੇਗਾ, ਚੰਗੇ ਭਵਿੱਖ ਦੇ ਲਈ ਉਹ ਦੁਬਈ ਗਿਆ ਸੀ, ਪਰ ਕੀ ਪਤਾ ਸੀ ਕਿ ਉਹਨਾਂ ਦਾ ਪੁੱਤ ਉੱਥੇ ਜਾਵੇਗਾ ਅਤੇ ਵਾਪਸ ਨਹੀਂ ਮੁੜੇਗਾ। ਹੁਣ ਸਰਕਾਰ ਦੇ ਵੱਲੋਂ ਨੌਜਵਾਨ ਦੀ ਜਿਹੜੀ ਮ੍ਰਿਤਕ ਤੇ ਹੈ ਵਾਪਸ ਮੰਗਾਉਣ ਦੇ ਲਈ ਭਾਰਤ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ, ਮਦਦ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ। ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਇਹ ਜੀ ਮੇਰੇ ਚਾਚਾ ਜੀ ਦਾ ਮੁੰਡਾ ਸੀਗਾ ਜੀ, ਇਹ ਦੁਬਈ ਗਿਆ ਸੀਗਾ ਜੀ। ਉਹਦਾ ਨਾਮ ਮਨਜੋਤ ਸਿੰਘ ਹੈ ਜੀ, ਸਨ ਆਫ ਦਿਲਵਾਗ ਸਿੰਘ ਹੈ ਜੀ। ਕਦੋਂ ਗਿਆ ਸੀ ਦੁਬਈ? ਉਹਨਾਂ ਨੂੰ ਜੀ ਹਜੇ ਸਾਲ ਕੀ ਹੋਇਆ ਸੀਗਾ ਜੀ ਗਏ ਨੂੰ। ਹਾਂਜੀ, ਉਹਨਾਂ ਦੀ ਉਮਰ ਜੀ 20 ਸਾਲ ਦੀ ਸੀਗੀ ਜੀ। ਗੱਲਬਾਤ ਜੀ, ਉੱਥੇ ਕੋਈ ਹੋਰ ਮੁੰਡੇ ਦੀ ਲੜਾਈ ਸੀਗੀ ਜੀ, ਉਹ ਮੁੰਡੇ ਨੇ ਜਾਣੀ ਕਿ ਇਹਨੂੰ ਰਾਤ ਨੂੰ 2 ਵਜੇ ਠਾਲਿਆ ਜੀ, ਉਹ ਨਾਲ ਲੈ ਕੇ ਗਿਆ ਜੀ ਇਹਨੂੰ। ਉਸ ਤੋਂ ਬਾਅਦ ਦੇ ਵਿੱਚ ਜੀ ਉਹ ਜਾਣੀ ਕਿ ਸੱਟ ਉਹਦੇ ਵੀ ਆ, ਉਹ ਜਾਣੀ ਕਿ ਸੈਡ ਹੋ ਗਿਆ, ਅਤੇ ਸਾਰਿਆਂ ਨੂੰ ਪਹਿਲਾਂ ਇਹਦੇ ਮਾਰੀਆਂ ਜੀ, ਉਹਨਾਂ ਨੇ ਕਿਰਚਾ ਮਾਰ ਕੇ ਜੀ ਇਹਦੇ ਦਿਲ 'ਚ ਇਹਦਾ ਕਤਲ ਕਰਤਾ ਜੀ। ਉੱਥੇ ਉਹ ਪਾਕਿਸਤਾਨੀ ਸੀਗੇ ਜੀ ਉੱਥੋਂ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਹੁਣ ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ ਜੀ, ਸਾਡਾ ਭਰਾ ਸਾਡੇ ਕੋਲ ਆਉਣਾ ਚਾਹੇ ਜੀ, ਅਸੀਂ ਘਰੇ ਲੈ ਕੇ ਆਈਏ ਜੀ, ਜਿੱਦਾਂ ਦਾ ਵੀ ਹੈ ਉੱਦਾਂ ਦਾ ਹੀ ਅਸੀਂ ਲੈ ਕੇ ਆਈਏ ਜੀ।
ਅੱਗੇ ਵੀ ਛੁੱਟਿਆ ਸੀ ਕੋਈ ਘਟਨਾ ਹੋਈ ਸੀ? ਹਾਂਜੀ, ਅੱਗੇ ਜੀ ਮੇਰੇ ਤਾਏ ਜੀ ਦਾ ਬੇਟਾ ਸੀਗਾ ਜੀ, ਉਹ ਸਾਊਦੀ ਅਰਬ ਚ ਸੀਗਾ ਜੀ। ਉਹਨੂੰ 6 ਮਹੀਨੇ ਹੋ ਗਏ ਸੀਗੇ ਗਏ ਨੂੰ ਜੀ, ਉਹਦੀ ਐਕਸੀਡੈਂਟ ਨਾਲ ਡੈਥ ਹੋ ਗਈ ਸੀਗੀ, ਤੇ ਉਹ ਵੀ ਜਾਣੀ ਕਿ ਸਾਡੇ ਕੋਲੇ 2 ਮਹੀਨਿਆਂ ਤੱਕ ਕਰੀਬ ਹੀ ਪਹੁੰਚੀ ਆ ਡੈਡ ਬੋਡੀ ਉਹਦੀ। ਮਨਜੋਤ ਦੀ ਡੈਥ ਦਾ ਜੀ ਸਾਨੂੰ ਪਹਿਲਾਂ 2-3 ਦਿਨ ਤਾਂ ਜੀ ਪਤਾ ਹੀ ਨਹੀਂ ਲੱਗਿਆ, ਆਲੇ ਦੁਆਲੇ ਲੋਕਾਂ ਤੋਂ ਪਤਾ ਲੱਗਿਆ ਸਾਨੂੰ। ਉਦੋਂ ਬਾਅਦ ਦੇ ਵਿੱਚ 2-3 ਦਿਨਾਂ ਬਾਅਦ ਸਾਡੇ ਕੋਲੇ ਗੱਲ ਆਈ ਹੈ ਜੀ, ਫਿਰ ਅਸੀਂ ਛਾਣਬੀਣ ਕਰੀਏ ਜੀ ਸਾਰੀ ਗੱਲਬਾਤ ਦੀ ਵੀ ਕੀ ਗੱਲਬਾਤ ਹੈ ਜੀ। ਉਧਰ ਕੋਈ ਉਹਨਾਂ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਕੋਈ? ਉਹਨਾਂ ਦੇ ਜੀ ਕਾਰਵਾਈ ਕਹਿਣ ਦਾ ਜੀ ਹੁਣ ਜਿਵੇਂ ਸਾਨੂੰ ਦੱਸ ਰਿਹਾ ਜੀ, ਉੱਥੇ ਕਹਿੰਦੇ ਆ ਵੀ 2-3 ਜਣੇ ਫੜੇ ਹੋਏ ਹੈਗੇ ਆ ਜੀ ਨਾਲ, ਜਿਹੜੇ ਮੁੰਡਿਆਂ ਨੇ ਕਰਿਆ ਵੀ, ਬਾਕੀ ਉਹ ਸਾਰੇ ਜਾਣੀ ਕਿ ਟੋਟਲ 12 ਜਣੇ ਸੀਗੇ ਜੀ, ਉਹਨਾਂ ਦੇ ਵਿੱਚੋਂ 4 ਜਣੇ ਗ੍ਰਿਫਤਾਰ ਹੋਏ ਆ ਜੀ। ਹਾਂਜੀ, ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਅਸੀਂ ਵੀ ਸਾਨੂੰ ਡੈਡ ਬੋਡੀ ਦਿੱਤੀ ਜਾਵੇ, ਅਸੀਂ ਉਹਦੀ ਮਿੱਟੀ ਆ ਜਿਹੜੀ ਉਹ ਕੋਈ ਨਹੀਂ ਜੀ। ਬਸ ਸਾਡੀ ਇੱਕ ਸਿਸਟਰ ਆ, ਉਹ ਵਿਆਹੀ ਹੋਈ ਆ ਜੀ, ਇਕੱਲਾ ਹੀ ਭਰਾ ਸੀਗਾ ਜੀ, ਮਾਂ ਬਾਪ ਦਾ ਇਕੱਲਾ ਹੀ ਬੇਟਾ ਸੀਗਾ। ਹਾਂਜੀ, ਅਸੀਂ ਉਹਨੂੰ ਕਰਜ਼ਾ ਚੱਕ ਕੇ ਉਹਨੂੰ ਭੇਜਿਆ ਸੀਗਾ ਜੀ ਬਾਹਰ ਬੈਂਕ ਚੋਂ। ਕਿਵੇਂ ਭੇਜਿਆ ਸੀ ਉਹਨੂੰ? ਅਸੀਂ ਜੀ ਬੈਂਕ ਚੋਂ ਲੋਨ ਲਾਣ ਲੈ ਕੇ ਜੀ, ਕਰਜ਼ਾ ਲੈ ਕੇ ਥੋੜੇ ਸਾਈਡ ਤੋਂ ਪੈਸੇ ਲੈ ਕੇ ਰਿਸ਼ਤੇਦਾਰਾਂ ਤੋਂ, ਤਾਂ ਕਰਕੇ ਅਸੀਂ ਬਾਹਰ ਭੇਜਿਆ ਸੀਗਾ ਜੀ। ਉਹਨੂੰ ਪਿਤਾ ਜੀ ਕੀ ਕਰਦੇ ਆ? ਉਹਨਾਂ ਦੇ ਪਿਤਾ ਜੀ ਗੱਡੀ ਭਰਨ ਜਾਂਦੇ ਆ, ਦਿਹਾੜੀ ਜੋਤਾ ਹੀ ਕਰਦੇ ਆ ਜੀ, ਲੇਬਰ ਦਾ ਕੰਮ ਕਰਦੇ ਆ ਜੀ। ਤੁਹਾਡੀ ਇਸ ਬਾਬਤ ਕੋਈ ਡੈਡ ਬੋਡੀ ਮੰਗਾਉਣ ਸੰਬੰਧੀ ਕੋਈ ਗੱਲ ਹੋਈ ਕਿਸੇ ਨਾਲ ਉੱਥੇ ਕੰਪਨੀ 'ਚ ਜਾਂ ਕਿਸੇ ਹੋਰ ਅਧਿਕਾਰੀ ਨਾਲ? ਹਾਂਜੀ, ਗੱਲਬਾਤ ਚੱਲਦੀ ਹੈਗੀ ਆ ਜੀ ਸਾਡੀ, ਜਿਵੇਂ ਮੰਨ ਲਓ ਵੀ ਆਪਣਾ MP ਡਾਕਟਰ ਆ ਜੀ ਅਮਰ ਸਿੰਘ, ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ, ਅਤੇ ਉਹਨਾਂ ਨੇ ਸਾਡੇ ਜਾਣੀ ਕਿ ਕਹਿਣ 'ਤੇ 2-3 ਮੇਲਾਂ ਵੀ ਕਰੀਆਂ ਨੇਗੀਆਂ ਜੀ ਉੱਧਰ, ਅਤੇ ਉਹ ਜਾਣੀ ਕਿ ਹਜੇ 2-4 ਦਿਨ 2-3 ਦਿਨ ਐਵੇਂ ਵਿੱਚ ਪਾਈ ਜਾਂਦੇ ਆ ਜੀ, 1-2 ਦਿਨ ਅੱਗੇ ਦੀ ਅੱਗੇ ਵਧਾਈ ਜਾਂਦੇ ਆ। ਇਹ ਘਟਨਾ ਜੀ, ਮੇਰਾ ਕਜ਼ਨ ਸੀਗਾ ਜੀ, ਇਹ ਤਕਰੀਬਨ 1 ਸਾਲ ਪਹਿਲਾਂ ਦੁਬਈ ਗਿਆ ਸੀਗਾ ਐਜ਼ ਏ ਕਲੀਨਰ। ਉੱਥੇ ਵੀ ਰਾਤ ਕੋਈ ਲੜਾਈ ਹੋਈ ਆ, ਵੀ ਪਾਕਿਸਤਾਨ ਦੇ ਮੁੰਡੇ ਸੀਗੇ 10-12 ਜਣੇ, ਜਿਨ੍ਹਾਂ ਨੇ ਕਿਰਚਾ ਮਾਰ ਕੇ ਇਹਦਾ ਕਤਲ ਕਰ ਦਿੱਤਾ ਜੀ। ਸਾਨੂੰ ਤਕਰੀਬਨ ਪਤਾ ਲੱਗਿਆ, ਪਹਿਲਾਂ ਸਾਡੇ ਕੋਈ ਰਿਸ਼ਤੇਦਾਰ ਹੈਗਾ ਉੱਧਰ ਗੁਰਵਿੰਦਰ ਸਿੰਘ, ਅਤੇ ਉਹਨੇ ਪਤਾ ਕਰਿਆ ਵੀ ਹਾਂ ਆਪਣੇ ਬੰਦੇ ਦੇ ਮਤਲਬ ਸੱਟਾਂ ਲੱਗੀਆਂ ਜ਼ਿਆਦਾ ਸੀਰੀਅਸ ਹਾਲਤ ਵਿੱਚ ਆ। 22-23 ਤਰੀਕ ਨੂੰ ਸਾਨੂੰ ਕਨਫਰਮ ਹੋ ਗਿਆ ਵੀ ਉਹਦੀ ਡੈਥ ਹੋ ਚੁੱਕੀ ਆ। ਉਸ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ, ਆਪਣੇ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ, ਅਤੇ ਉਹਨਾਂ ਨੇ ਦਿੱਲੀ ਸੰਪਰਕ ਕਰਕੇ ਲੈਟਰ ਭਿਜਵਾਇਆ, ਫਿਰ ਸਾਨੂੰ ਪਤਾ ਲੱਗ ਗਿਆ ਅਤੇ ਫੈਰੋਸਿੰਕ ਰਿਪੋਰਟ ਆ ਗਈ, ਜਿਹਦੇ ਵਿੱਚ ਇਹਦੇ ਸੁਰਾ ਮਾਰ ਕੇ ਕਤਲ ਕੀਤਾ ਗਿਆ। ਅਤੇ ਇਸ ਦੇ ਨਾਲ ਇੱਕ ਪਾਕਿਸਤਾਨੀ ਮੁੰਡਾ ਹੋਰ ਸੀ, ਉਹ ਵੀ ਸੀਰੀਅਸ ਸੀ, ਉਹ ਐਡਮਿਟ ਹਸਪਤਾਲ ਐਡਮਿਟ ਆ, ਅਤੇ ਇੱਕ ਹੋਰ ਸੀਗਾ ਅਤੇ ਉਹਨੂੰ ਛੁੱਟੀ ਮਿਲ ਗਈ ਆ। ਇਹ ਜੀ ਬਿਲਕੁਲ SC ਪਰਿਵਾਰ ਆ, ਗਰੀਬ ਪਰਿਵਾਰ ਆ ਜੀ, ਨਰੇਗਾ 'ਚ ਮਾਂ ਕੰਮ ਕਰਦੀ ਆ, ਪਿਓ ਦਿਹਾੜੀ ਜੋਤਾ ਜਾਂਦਾ, ਕਰਜ਼ਾ ਚੱਕ ਕੇ ਵਿਆਜ 'ਤੇ ਪੈਸੇ ਲੈ ਕੇ ਚੰਗੇ ਭਵਿੱਖ ਲਈ ਇਹਨੂੰ ਭੇਜਿਆ ਵੀ ਚਲੋ ਹੈ ਜੀ। ਨਹੀਂ, ਇੰਡੀਆ ਬਾਰੇ ਤਾਂ ਕੋਈ ਗੱਲ ਨਹੀਂ ਹੋਈ ਹੈਗੀ ਜੀ। ਉੱਥੇ ਜੱਬਰ ਅਲੀ ਸ਼ਹਿਰ ਆ ਜੀ, ਉੱਥੇ ਦੀ ਕੋਈ ਕੰਪਨੀ ਆ ਜਿਹਦੇ ਵਿੱਚ ਕੰਮ ਕਰਦਾ ਸੀ ਐਜ਼ ਏ ਕਲੀਨਰ। ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਹਾਂ ਜੀ, ਇੱਕ ਤਾਂ ਜਿਹੜੀ ਉਹਦੀ ਡੈਡ ਬੋਡੀ ਆ ਉਹ ਜਲਦੀ ਤੋਂ ਜਲਦੀ ਇੰਡੀਆ ਲਿਆਂਦੀ ਜਾਵੇ, ਤਾਂ ਜੋ ਮਾਂ ਬਾਪ ਆਪਦੇ ਹੱਥੀਂ ਉਹਦਾ ਸੰਸਕਾਰ ਕਰ ਸਕਣ, ਅਤੇ ਬਿਲਕੁਲ ਹੀ ਗਰੀਬ ਪਰਿਵਾਰ ਆ ਜਿਨ੍ਹਾਂ ਨੇ ਕਰਜ਼ਾ ਚੱਕ ਕੇ ਉੱਥੋਂ ਵਿਦੇਸ਼ ਭੇਜਿਆ, ਅਤੇ ਇਹਨਾਂ ਦੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਬੁਢਾਪਾ ਉਹ ਸੁਖਾਲਾ ਲੰਘ ਸਕੇ ਜੀ।